ਨਾਭਾ ਦੇ ਪਿੰਡ ਹਰੀਗੜ੍ਹ ਵਿਖੇ ਇੱਕ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਤਹਿਤ ਪਾਵਰਕਾਮ ਦੇ ਇੱਕ ਜੇਈ ਨੂੰ ਘਰ ਵਿੱਚ ਬੰਧਕ ਬਣਾ ਲਿਆ ਗਿਆ, ਜਿਸ ਨੂੰ ਪਤਾ ਲੱਗਣ ਤੇ ਥਾਣਾ ਸਦਰ ਪੁਲਿਸ ਵੱਲੋਂ ਛਡਾਇਆ ਗਿਆ ਤੇ ਥਾਣੇ ਲਿਆਂਦਾ ਗਿਆ। 1:30 ਵਜੇ ਦਾ ਟਾਈਮ ਸੀਗਾ ਜੀ, ਮੈਨੂੰ ਐਂ ਸੀਗਾ ਜੀ ਇਨਵਰਟਰ ਦੀ ਲਾਈਟ ਹੈਗੀ ਹੈ, ਚੱਲ ਵੀ ਲਾਈਟ ਗਈ ਵੀ ਹੋਊਗੀ ਕੋਈ ਗੱਲ ਨਹੀਂ ਆ ਜੂਗੀ 10-15 ਮਿੰਟਾਂ ਤੱਕ। ਜਦੋਂ ਮੈਂ ਬਾਹਰ ਜਾ ਕੇ ਨਿਕਲ ਕੇ ਦੇਖਿਆ ਤੇ ਜੇਈ ਸਾਹਿਬ ਮੀਟਰ ਅੱਧ ਪਚੱਧ ਸਾਡਾ ਫਟਿਆ ਪਿਆ ਸੀ ਅੱਧਾ ਕੰਮ ਕਰਾ। ਜਦੋਂ ਮੈਂ ਜੇਈ ਸਾਹਿਬ ਨੂੰ ਕਿਹਾ, ਕਹਿੰਦਾ ਤੈਨੂੰ ਕੀ ਮਤਲਬ ਮੇਰੇ ਕੋਲ ਅੰਦਰ ਆਇਆ ਅੰਦਰ ਆ ਕੇ ਮੈਨੂੰ। ਦੂਜੇ ਪਾਸੇ ਜੇਈ ਸਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਇਹਨਾਂ ਦਾ ਮੀਟਰ ਤਕਨੀਕੀ ਕਾਰਨਾਂ ਦੇ ਕਰਕੇ ਬਾਹਰ ਪੋਲ ਤੇ ਲਗਾ ਰਿਹਾ ਸੀ ਕਿ ਅਚਾਨਕ ਪੂਰੇ ਪਰਿਵਾਰ ਵੱਲੋਂ ਸੜਕ ਤੇ ਹੀ ਉਸਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਘਰ ਵਿੱਚ ਲੈ ਗਏ। ਘਰ ਦੀ ਉਹਦੇ ਨਾਲ ਲੱਗ ਰਹੇ ਸੀ ਤੇ ਮੈਂ ਉਹਦਾ ਮੀਟਰ ਮਤਲਬ ਕਿ ਕਹਿਤਾ ਵੀ ਪੱਟ ਕੇ ਮਤਲਬ ਪੋਲ ਤੇ ਲਾ ਦੋ ਤੇ ਤੂੰ ਮਤਲਬ ਤਾਰ ਜਿਹੜੀ ਇਹਦੀ ਗਾਂਵ ਤੋਂ ਜ਼ਰੂਰ ਕਰ। ਤੇ ਜਦੋਂ ਮੈਂ ਉਹਦਾ ਮੀਟਰ ਲਗਾ ਲਿਆ ਬੰਦਿਆਂ ਤੋਂ ਤੇ ਉਹ ਬਕਸਾ ਜਿਹੜਾ ਉਹ ਪੱਟਿਆ ਨਹੀਂ ਗਿਆ। ਜਦੋਂ ਨਾ ਪੱਟਿਆ ਗਿਆ ਮੈਂ ਬੰਦਿਆਂ ਨੂੰ ਭੇਜਤਾ ਵੀ ਤੁਸੀਂ ਦਫ਼ਤਰੋਂ ਜਾ ਕੇ ਬਕਸਾ ਤੇ ਥੋੜ੍ਹੀ ਜਿਹੀ ਤਾਰ ਲਿਆਓ। ਮੇਰੇ ਕੋਲ ਨਾ ਹੁਣ ਹਸਪਤਾਲ ਉੱਥੋਂ ਹਸਪਤਾਲ 'ਚੋਂ ਰੁਕਾ ਗਿਆ ਸੀ ਵੀ ਸ਼ਿੰਦਰ ਸਿੰਘ ਜੇਈ ਦਾਖਲ ਹੋਏ ਨੇ, ਕਾਰਵਾਈ ਆਈ ਓ ਭੇਜੋ। ਹੁਣ ਆਇਆ ਮੈਂ ਇੱਥੇ ਡਾਕਟਰ ਸਾਹਿਬ ਤੋਂ ਫਿੱਟ ਲਿਆ, ਮੈਂ ਬਿਆਨ ਲੈ ਕੇ ਅਗਲੀ ਕਾਰਵਾਈ ਕਰਦੇ ਹਾਂ। ਉਹ ਤਾਂ ਇਹਨਾਂ ਨੇ ਬੰਦ ਕਰਿਆ ਹੋਇਆ ਸੀ, ਉੱਥੋਂ ਛਡਾਵਾ ਕੇ ਲਿਆਂਦਾ ਇਹਨੂੰ ਅੰਦਰੋਂ ਜੀ ਸਾਹਿਬ। ਨਾਭਾ ਤੋਂ ਦੀਪਕ ਬਾਂਗਾ ਦੀ ਰਿਪੋਰਟ, ਚੈਨਲ 2।